ਕੇ ਸੱਚੇ ਤੇ ਸੁੱਚੇ ਇਹ ਜਜ਼ਬਾਤ ਲੈ ਕੇ ਕੁਰਾਨ ਵਿੱਚੋਂ ਪਾਕੀਜ਼ਾ ਆਇਆਤ ਲੈ ਕੇ ਕਿਤਾਬੇ ਨੂਰਾਨੀ ਦੇ ਸੌਗਾਤ ਲੈ ਕੇ ਮੁਹੱਬਤ ਤੇ ਚਾਹਤ ਨਾਲ ਆਏ ਨੇ ਜਿਹੜੇ ਤਸ਼ਰੀਫ ਅੱਜ ਫਸੂਸਨ ਲਿਆਏ ਨੇ ਜਿਹੜੇ ਲਫ਼ਜ਼ਾਂ ਚੋਂ ਖਿਲਸਨ ਯਕੀਨਨ ਗੁਲਾਬੇ ਤੇ ਸਿਫਤੇ ਨਬੀ ਤੂੰ ਇਹ ਲਾਸਨ ਨਕਾਬੇ ਸਨਾਖਾਂ ਅਨੋਖੇ ਤੇ ਨਾਤ ਖਾਂ ਮਿਸਾਲੀ ਸਕਲੈਨ ਅੱਲਾ ਦੀ ਰਹਿਮਤ ਬਰਸਤੀ ਪਈ ਏ ਸਟੇਜ ਉੱਤੇ ਤਸ਼ਰੀਫ ਲਿਆਓ ਜਨਾਬ ਅਰਸ਼ਦ ਮਹਿਮੂਦ ਸਫਦਰ ਸਾਹਿਬ ਕਿ ਸਰਗੋਦਾ ਦੀ ਆਵਾਮ ਹੁਣ ਤਰਸਦੀ ਪਈ ਏ ਸਾਡੇ ਪਹਿਲੇ ਮਹਿਮਾਨ ਨਾਤ ਖਾਂ ਔਰ ਕਾਰੀ ਜ਼ੀਨਤ ਉਲ ਕੁਰਾ ਜਨਾਬ ਕਾਰੀ ਅਰਸ਼ਦ ਮਹਿਮੂਦ ਸਫਦਰ ਜੋ ਹਮਾਰੇ ਪਾਕਿਸਤਾਨ ਬਜ਼ਮ ਇਹਸਾਨ ਕੇ ਜਨਰਲ ਸੈਕਟਰੀ ਹੈ ਉਨਕੋ ਦਾਵਤ ਦੇਨੇ ਲਗਾ ਹੂੰ ਲੇਕਿਨ ਇੱਕ ਦਫਾ ਮਜਮੇ ਕੋ ਗਰਮਾ ਕੇ ਕਿ ਨਾਰਾਏ ਤਕਬੀਰ ਨਾਰਾਏ ਤਕਬੀਰ ਸ਼ਾਨ ਰਿਸਾਲਤ ਸ਼ਾਨ ਸਹਾਬਾ ਤਾਜੋ ਤਖਤੇ ਖਤਮ ਨਬੂਵਤ ਤਾਜੋ ਤਖਤੇ ਖਤਮ ਨਬੂਵਤ ਬਜ਼ਮੇ ਹਸਾਨ ਬਜ਼ਮੇ ਹਸਾਨ ਜਨਾਬ ਕਾਰੀ ਅਰਸ਼ਦ ਮਹਿਮੂਦ ਸਫਦਰ ਸਾਹਿਬ ਜਨਾਬ ਕਾਰੀ ਅਰਸ਼ਦ ਮਹਿਮੂਦ ਸਫਦਰ ਅੱਜ ਕੀ ਹੈ ਉਸਨੇ ਅੱਜ ਪਾਕਿਸਤਾਨ ਮਹਿਫਲੇ ਹਮਦਨਾਕ ਹਮਾਰੇ ਬਜ਼ਮੇ ਹਸਾਨ ਪਾਕਿਸਤਾਨ ਸਰਗੋਦਾ ਕੇ ਜੋ ਲੜਕੇ ਹੈ ਅਲਹਮਦੁਲਿਲਾ ਉਹਨੇ ਬੜੀ ਮਿਹਨਤ ਕੇ ਸਾਥ ਸਜਾਈ ਹੈ ਇਸ ਮਹਿਫਲ ਕੇ ਨਿਕਾਤ ਪਰ ਮੈਂ ਉਨਕੋ ਸ਼ਾਬਾਸ਼ ਵੀ ਦੇਤਾ ਹੂੰ ਔਰ ਦੁਆਗੋ ਵੀ ਹੂੰ ਅੱਲਾਹ ਪਾਕ ਇਨ ਸਭ ਕੋ ਆਪਣੀ ਸ਼ਾਨ ਕੇ ਮੁਤਾਬਿਕ ਜ਼ੈ ਖੈਰ ਅਤਾ ਫਰਮਾ ਉਸੀ ਨਾ ਕਰੋ ਆਮੀਨ ਕਹਿ ਦੇ ਔਰ ਬੁਲੰਦ ਆਵਾਜ਼ ਸੇ ਉਹਨੇ ਬੜੀ ਮਿਹਨਤ ਸੇ ਯੇ ਸਜਾਈ ਹੈ ਤੋ ਆਪ ਆਮੀਨ ਕਹਿ ਦੇਂਗੇ ਅਗਰ ਕਬੂਲ ਹੋ ਗਿਆ ਤੇ ਇਨਸ਼ਾਅੱਲਾ ਉਨਕੇ ਲਈ ਕਾਫੀ ਹੈ ਮੁਹੱਬਤ ਸੇ ਕਹਿ ਦਿਲ ਸੇ ਆਮੀਨ ਔਰ ਮੈਂ ਇੰਤਹਾਈ ਸ਼ੁਕਰ ਗੁਜ਼ਾਰ ਵੀ ਹੂੰ ਉਲਮਾ ਕਰਾਮ ਕਾ ਜੋ ਸਰਗੋਦਾ ਕੇ ਉਲਮਾ ਕਰਾਮ ਹੈ ਸਟੇਜ ਪੇ ਵੀ ਤਸ਼ਰੀਫ ਫਰਮਾ ਹੈ ਔਰ ਤਸ਼ਰੀਫ ਲਾ ਵੀ ਰਹੇ ਹੈ ਜਿਨ੍ਹਾਂ ਹਮਾਰੀ ਸਰਪ੍ਰਸਤੀ ਫਰਮਾਈ ਅੱਲਾ ਇਨ ਕਾ ਸਾਇਆ ਹਮਾਰੇ ਸਰੋਂ ਪੇ ਤਾਦੀਰ ਬਸਿਹਤ ਕਾਇਮ ਉਹ ਦਹਿਮ ਫਰਮਾਏ ਮੁਹੱਬਤ ਸੇ ਆਮੀਨ ਔਰ ਬਿਲਖਸੂਸ ਹਮਾਰੇ ਇੰਤਹਾਈ ਮੁਹਤਰਮ ਹਜ਼ਰਤ ਮੌਲਾਨਾ ਮੁਫਤੀ ਸ਼ਾਹਿਦ ਮਸੂਦ ਸਾਹਿਬ ਔਰ ਇਨਕੇ ਦਿਗਰ ਵਫਕਾ ਜਿਨਕੀ ਸਰਪ੍ਰਸਤੀ ਮੇਂ ਇਹ ਮਹਿਫਿਲ ਹੋ ਰਹੀ ਹੈ ਅੱਲਾ ਮੇਰੀ ਔਰ ਆਪਕੀ ਹਾਜ਼ਰੀ ਕੋ ਆਪਣੀ ਬਾਰਗਾਹ ਮੇਂ ਕਬੂਲ ਫਰਮਾਏ ਅਭੀ ਮਹਿਮਾਨੋ ਕਾ ਸਿਲਸਿਲਾ ਸ਼ੁਰੂ ਹੋਣੇ ਲਗਾ ਹੈ ਤੋ ਹਮ ਤੋ ਮੇਜ਼ਬਾਨ ਵੀ ਹੈ ਤੋ ਆਪ ਜ਼ਰਾ ਸੇ ਗੁਜ਼ਾਰਿਸ਼ ਹੈ ਕਿ ਹਮਨੇ ਇਸ ਮਹਿਫਿਲ ਕੋ ਸ਼ੁਰੂ ਕਰਨਾ ਹੈ ਬਹੁਤ ਅੱਛੇ ਤਰੀਕੇ ਸੇ ਔਰ ਦੁਆ ਤੱਕ ਬੈਠਣਾ ਪੂਰੀ ਮੁਹੱਬਤ ਦੇ ਸਾਥ ਬੈਠੇਗੇ ਨਹੀਂ ਇਨਸ਼ਾਅੱਲਾ ਜੋ ਪੂਰੀ ਮੁਹੱਬਤ ਸੇ ਬੈਠੇਗੇ ਜ਼ਰਾ ਹੱਥ ਖੜੇ ਕਰੇ ਔਰ ਪੂਰੀ ਮੁਹੱਬਤ ਸੇ ਕਹੇ ਬੁਰਾ ਨਮਾਜ਼ ਸੇ ਸੁਭਾਨ ਅੱਲਾ ਅੱਲਾ ਕੋ ਬਹੁਤ ਜ਼ਿਆਦਾ ਖੈਰ ਅਤਾ ਫਰਮਾਏ ਕੁਰਾਨੀ ਪਾਕ ਕੀ ਤਿਲਾਵਤ ਹੋ ਨਾਤ ਹੋ ਮੇਰੇ ਬਾਅਦ ਵੀ ਆਪਣੇ ਪੂਰੀ ਮੁਹੱਬਤ ਸੇ ਸੁਭਾਨ ਅੱਲਾ ਕੇ ਸਾਥ ਔਰ ਪੂਰੀ ਤਵੱਜੋ ਸੇ ਸਵਾਦ ਕਰਨਾ ਹੈ ਕਰੇਂਗੇ ਇਨਸ਼ਾਅੱਲਾ أعوذ بالله من الشيطان بسم الله
وكفى بالله حسيبا وكفى